ਕਿ ਹਿਮਾਚਲ ਦੀ ਤਰਜ਼ 'ਤੇ ਕੋਈ ਵੀ ਗੈਰ ਪੰਜਾਬੀ ਆਣ ਕੇ ਸਿੱਧਾ ਜ਼ਮੀਨ ਨਾ ਲੈ ਸਕੇ, ਕੋਈ ਵੀ ਗੈਰ ਪੰਜਾਬੀ ਆਣ ਕੇ ਸਿੱਧਾ ਵੋਟਰ ਨਾ ਬਣ ਸਕੇ, ਕੋਈ ਵੀ ਗੈਰ ਪੰਜਾਬੀ ਆਣ ਕੇ ਸਰਕਾਰੀ ਸਾਡੀ ਨੌਕਰੀ ਨਾ ਲੈ ਸਕੇ। ਇਹ ਇਕੱਲਾ ਹਿਮਾਚਲ 'ਚ ਨਹੀਂ, ਇਹ ਕਾਨੂੰਨ ਗੁਜਰਾਤ ਵਿੱਚ ਵੀ ਹੈ, ਇਹ ਕਾਨੂੰਨ ਉੱਤਰਾਖੰਡ ਨੇ ਵੀ ਅਡੋਪਟ ਕਰ ਲਿਆ। ਪੰਜਾਬ ਇੱਕ ਸਪੈਸ਼ਲ ਸਟੇਟ ਆ, ਸਿੱਖਾਂ ਦੀ ਇੱਕੋ ਹੀ ਸੂਬਾ ਜਿੱਥੇ ਸਿੱਖਾਂ ਦੀ ਇੱਕ ਮੈਜੋਰਿਟੀ ਹੈ, ਅਤੇ ਸਾਡੇ ਜਿਹੜੇ ਦੇਸ਼ ਸਾਡੇ ਪੰਜਾਬ ਦੇ ਲੋਕ ਨੇ ਇਹ ਪਿਛਲੇ ਕਾਫੀ ਦਹਾਕਿਆਂ ਤੋਂ 3 ਕਰੋੜ ਆਬਾਦੀ ਪੰਜਾਬ ਦੀ ਹੈ, ਜਿਹਦੇ 70-75 ਲੱਖ ਆਦਮੀ ਬਾਹਰ ਜਾ ਚੁੱਕਾ। ਅਗਰ ਅਸੀਂ ਗੈਰ ਪੰਜਾਬੀਆਂ ਨੂੰ ਇਸ ਸਪੀਡ ਇੱਥੇ ਰਹਿਣ ਦਿੱਤਾ ਤਾਂ ਮੇਰਾ ਖਿਆਲ 15-20 ਸਾਲ ਦੇ ਵਿੱਚ ਤੁਹਾਨੂੰ ਆਪਾਂ ਪੱਗ ਨਹੀਂ ਲੱਭਣੀ, ਪੰਜਾਬੀ ਨਹੀਂ ਲੱਭਣੀ, ਅਤੇ ਨਾ ਸਿੱਖਾਂ ਦੀ ਆਬਾਦੀ ਇੱਥੇ ਲੱਭੇਗੀ। ਸੋ ਆਪਣੀ ਡੈਮੋਗ੍ਰਾਫਿਕ ਸਿਚੁਏਸ਼ਨ ਨੂੰ ਬਚਾਉਣ ਲਈ, ਆਪਣੀ ਹੋਂਦ, ਆਪਣੀ ਆਈਡੈਂਟੀ ਨੂੰ ਬਚਾਉਣ ਵਾਸਤੇ ਇਹ ਕਾਨੂੰਨ ਹਿਮਾਚਲ ਦੀ ਤਰਜ਼ 'ਤੇ ਲਿਆਉਣਾ ਬਹੁਤ ਜ਼ਰੂਰੀ। ਇਸ ਕਾਨੂੰਨ ਦੇ ਬਣਨ ਤੋਂ ਬਾਅਦ ਕੋਈ ਵੀ ਸਾਡੀ ਸਰਕਾਰੀ ਨੌਕਰੀ ਗੈਰ ਪੰਜਾਬੀ ਬਾਹਰੋਂ ਆਣ ਕੇ ਨੌਕਰੀ ਲੈ ਲਏਗਾ। ਇਹ ਮਸਲਾ ਮੈਂ ਲਗਾਤਾਰ ਇਸ ਕਚਹਿਰੀ ਚੱਕ ਰਿਹਾ। ਕਾਂਗਰਸ ਪਾਰਟੀ ਕੇ ਕੈਂਡੀਡੇਟ ਜੋ ਸੰਗਰੂਰ ਸਿੰਘ ਹੈ, ਉਨ੍ਹਾਂ ਆਜ ਇੱਕ ਬਿਆਨ ਦਿਆ ਹੈ ਮਿਸਟਰ ਖਹਿਰਾ ਨੇ, ਉਨ੍ਹਾਂ ਨੇ ਕਿਹਾ ਕਹਾ ਹੈ ਵੀ ਜੋ ਲੋਕ ਪੰਜਾਬ ਕੇ ਬਾਹਰ ਸੇ ਆਏ ਹੈ, ਜੋ ਯਹਾਂ ਪੇ ਬਾਹਰ ਸੇ ਆ ਕੇ ਬੈਠੇ ਹੈ, ਉਨ੍ਹਾਂ ਨੇ ਸਰ ਕਹਾ ਹੈ ਵੀ ਉਨਕੋ ਨਾ ਕੋਈ ਨੌਕਰੀ ਮਿਲਣੀ ਚਾਹੀਏ, ਨਾ ਕੋਈ ਵੋਟ ਕਾ ਅਧਿਕਾਰ ਹੋਣਾ ਚਾਹੀਏ। ਆਜ ਉਨ੍ਹਾਂ ਨੇ ਯੇ ਬਿਆਨ ਸਭ ਨੇ ਪੜਾ ਹੈ। ਇਸ ਚੀਜ਼ ਕਾ ਮੂੰਹ ਕਾ ਜਵਾਬ ਪੱਥਰ ਸੇ ਦੇਣੇ ਕੇ ਲਿਏ ਆਪ ਏਕ ਤਰੀਕ ਕੋ ਤਿਆਰ ਹੋ ਜਾਓ, ਜਿਸ ਨੇ ਯੇ ਕਹਾ। ਅਰੇ ਬਈ ਜਿਹੜੇ ਜੇ ਪੰਜਾਬੀ ਰਾਜਸਥਾਨ ਚ ਰਹਿੰਦੇ ਆ, ਪੰਜਾਬੀ ਅਮਰੀਕਾ ਕੈਨੇਡਾ ਰਹਿੰਦੇ ਆ, ਤੇ ਜੇ ਉੱਥੇ ਗੋਰੇ ਕਹਿ ਦੇਣ ਵੀ ਅਸੀਂ ਤੁਹਾਨੂੰ ਨੌਕਰੀ ਨਹੀਂ ਦੇਣੀ, ਅਸੀਂ ਤੁਹਾਨੂੰ ਵਾਈਟ ਨੌਕਰੀ ਤੇ ਵੋਟ ਦਾ ਅਧਿਕਾਰ ਨਹੀਂ ਦੇਣਾ, ਫਿਰ ਕਿਹੋ ਜਿਹਾ ਲੱਗੂਗਾ? ਇਸ ਕਰਕੇ ਜਿੰਨਾ ਵੀ ਕਾਂਗਰਸ ਪਾਰਟੀ ਦੇ ਪ੍ਰਧਾਨ ਖੜਗੇ ਸਾਹਿਬ ਰਾਹੁਲ ਗਾਂਧੀ ਨੂੰ ਤੇ ਜਿਹੜਾ ਉਹਦੇ ਬੜਿੰਗ ਖੜਾ ਏ, ਉਹਨੂੰ ਸਵੇਰੇ ਹੱਥ ਜੋੜ ਕੇ ਸਾਰੀਆਂ ਤੋਂ ਮਾਫ਼ੀ ਮੰਗਣੀ ਚਾਹੀਦੀ ਆ, ਨਹੀਂ ਤਾਂ ਬੜਾ ਭਾਰੀ ਵਿਰੋਧ ਦਾ ਸਾਹਮਣਾ ਆਉਣ ਵਾਲੇ ਦਿਨਾਂ 'ਚ ਇਹ ਬਰਾਦਰੀਆਂ ਦਾ ਕਰਨਾ ਪਏਗਾ। ਕਿੰਨੇ ਪੰਜਾਬੀ ਨੇ ਜਿਹੜੇ ਬਿਹਾਰ 'ਚ, ਯੂਪੀ 'ਚ, ਦਿੱਲੀ 'ਚ, ਹਰ ਜਗ੍ਹਾ ਰਹਿੰਦਾ ਸਾਡਾ ਪੰਜਾਬੀ, ਚਾਹੇ ਉਹ ਸਿੱਖ ਆ ਚਾਹੇ ਹਿੰਦੂ ਆ, ਸਾਡਾ ਸਾਰੀ ਦੁਨੀਆ ਦੇ ਵਿੱਚ ਹਰ ਜਗ੍ਹਾ, ਕੈਨੇਡਾ, ਅਮੈਰੀਕਾ, ਯੂਰਪ ਦੇ ਵਿੱਚ ਹਰ ਜਗ੍ਹਾ ਸਾਡਾ ਪੰਜਾਬੀ ਰਹਿੰਦਾ। ਜੇ ਆਪਾਂ ਨੂੰ ਕੋਈ ਇਹ ਗੱਲ ਕਹਿ ਦੇਵੇ ਉੱਥੇ ਜਾ ਕੇ ਵੀ ਅਸੀਂ ਤੁਹਾਨੂੰ ਯੂਪੀ 'ਚ ਰਹਿਣ ਨਹੀਂ ਦੇਣਾ, ਅਸੀਂ ਤੁਹਾਨੂੰ ਬਿਹਾਰ 'ਚ ਰਹਿਣ ਨਹੀਂ ਦੇਣਾ, ਅਸੀਂ ਤੁਹਾਨੂੰ ਦਿੱਲੀ 'ਚ ਰਹਿਣ ਨਹੀਂ ਦੇਣਾ, ਕਿ ਹਿਮਾਚਲ ਦੀ ਤਰਜ਼ 'ਤੇ ਕੋਈ ਵੀ ਗੈਰ ਪੰਜਾਬੀ ਆਣ ਕੇ ਸਿੱਧਾ ਜ਼ਮੀਨ ਨਾ ਲੈ ਸਕੇ, ਕੋਈ ਵੀ ਗੈਰ ਪੰਜਾਬੀ ਆਣ ਕੇ ਸਿੱਧਾ ਵੋਟਰ ਨਾ ਬਣ ਸਕੇ, ਕੋਈ ਵੀ ਗੈਰ ਪੰਜਾਬੀ ਆਣ ਕੇ ਸਰਕਾਰੀ ਸਾਡੀ ਨੌਕਰੀ ਨਾ ਲੈ ਸਕੇ। ਇਹ ਇਕੱਲਾ ਹਿਮਾਚਲ 'ਚ ਨਹੀਂ, ਇਹ ਕਾਨੂੰਨ ਗੁਜਰਾਤ ਵਿੱਚ ਵੀ ਹੈ, ਇਹ ਕਾਨੂੰਨ ਉੱਤਰਾਖੰਡ ਨੇ ਵੀ ਅਡੋਪਟ ਕਰ ਲਿਆ। ਪੰਜਾਬ ਇੱਕ ਸਪੈਸ਼ਲ ਸਟੇਟ ਆ, ਸਿੱਖਾਂ ਦੀ ਇੱਕੋ ਹੀ ਸੂਬਾ ਜਿੱਥੇ ਸਿੱਖਾਂ ਦੀ ਇੱਕ ਮੈਜੋਰਿਟੀ ਹੈ, ਅਤੇ ਸਾਡੇ ਜਿਹੜੇ ਦੇਸ਼ ਸਾਡੇ ਪੰਜਾਬ ਦੇ ਲੋਕ ਨੇ ਇਹ ਪਿਛਲੇ ਕਾਫੀ ਦਹਾਕਿਆਂ ਤੋਂ 3 ਕਰੋੜ ਆਬਾਦੀ ਪੰਜਾਬ ਦੀ ਹੈ, ਜਿਹਦੇ 70-75 ਲੱਖ ਆਦਮੀ ਬਾਹਰ ਜਾ ਚੁੱਕਾ। ਅਗਰ ਅਸੀਂ ਗੈਰ ਪੰਜਾਬੀਆਂ ਨੂੰ ਇਸ ਸਪੀਡ ਇੱਥੇ ਰਹਿਣ ਦਿੱਤਾ ਤਾਂ ਮੇਰਾ ਖਿਆਲ 15-20 ਸਾਲ ਦੇ ਵਿੱਚ ਤੁਹਾਨੂੰ ਆਪਾਂ ਪੱਗ ਨਹੀਂ ਲੱਭਣੀ, ਪੰਜਾਬੀ ਨਹੀਂ ਲੱਭਣੀ, ਅਤੇ ਨਾ ਸਿੱਖਾਂ ਦੀ ਆਬਾਦੀ ਇੱਥੇ ਲੱਭੇਗੀ। ਸੋ ਆਪਣੀ ਡੈਮੋਗ੍ਰਾਫਿਕ ਸਿਚੁਏਸ਼ਨ ਨੂੰ ਬਚਾਉਣ ਲਈ, ਆਪਣੀ ਹੋਂਦ, ਆਪਣੀ ਆਈਡੈਂਟੀ ਨੂੰ ਬਚਾਉਣ ਵਾਸਤੇ ਇਹ ਕਾਨੂੰਨ ਹਿਮਾਚਲ ਦੀ ਤਰਜ਼ 'ਤੇ ਲਿਆਉਣਾ ਬਹੁਤ ਜ਼ਰੂਰੀ। ਇਸ ਕਾਨੂੰਨ ਦੇ ਬਣਨ ਤੋਂ ਬਾਅਦ ਕੋਈ ਵੀ ਸਾਡੀ ਸਰਕਾਰੀ ਨੌਕਰੀ ਗੈਰ ਪੰਜਾਬੀ ਬਾਹਰੋਂ ਆਣ ਕੇ ਨੌਕਰੀ ਲੈ ਲਏਗਾ। ਇਹ ਮਸਲਾ ਮੈਂ ਲਗਾਤਾਰ ਇਸ ਕਚਹਿਰੀ ਚੱਕ ਰਿਹਾ। ਕਾਂਗਰਸ ਪਾਰਟੀ ਕੇ ਕੈਂਡੀਡੇਟ ਜੋ ਸੰਗਰੂਰ ਸਿੰਘ ਹੈ, ਉਨ੍ਹਾਂ ਨੇ ਆਜ ਇੱਕ ਬਿਆਨ ਦਿਆ ਹੈ ਮਿਸਟਰ ਖਹਿਰਾ ਨੇ, ਉਨ੍ਹਾਂ ਨੇ ਕਿਹਾ ਕਹਾ ਹੈ ਵੀ ਜੋ ਲੋਕ ਪੰਜਾਬ ਕੇ ਬਾਹਰ ਸੇ ਆਏ ਹੈ, ਜੋ ਯਹਾਂ ਪੇ ਬਾਹਰ ਸੇ ਆ ਕੇ ਬੈਠੇ ਹੈ,
उन्होंने सर कहा है भाई उनको ना कोई नौकरी मिलनी चाहिए ना कोई वोट का अधिकार होना चाहिए। आज उन्होंने ये बयान सबने पढ़ा है, तो इस चीज का मुंह का जवाब पत्थर से देने के लिए आप एक तरीक को तैयार हो जाओ जिसने ये कहा। अरे भाई जेड़े जे पंजाबी राजस्थान च रहिंदे आ, पंजाबी अमरीका कनेडा रहिंदे आ, ते जे उत्थे गोरे कह देण भी असीं तुहानू नौकरी नहीं देनी, असीं तुहानू वाइट नौकरी ते वोट का अधिकार नहीं देना, फिर किहो जिहा लगूगा। इस करके जिन्ना भी कांग्रेस पार्टी के प्रधान खड़गे साहब राहुल गांधी नूं जिहड़ा उरे बड़ेंगे खड़ा है ओनू सवेरे हथ जोड़ के सारिया तो माफी मंगनी चाहिए आ, नहीं तो बड़ा भारी विरोध का सामना आने वाले दिन बरादरिया का करना पड़ेगा। किन्ने पंजाबी ने जड़े बिहार च यूपी च दिल्ली च हर जगह रहिंदा साडा पंजाबी, चाहे वह सिख आ चाहे हिंदू आ, साडा सारी दुनिया दे विच हर जगह कनेडा अमेरिका यूरोप दे विच हर जगह साडा पंजाबी रहिंदा। जे आपां नूं कोई ये गल कह दे उत्थे जा के भी असीं तुहानूं यूपी च रहिण नहीं देना, असीं तुहानूं बिहार च रहिण नहीं देना, असीं तुहानूं दिल्ली च रहिण नहीं देना।